ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 3 ਅਗਸਤ ਦੇ ਮੌਸਮ ਬਾਰੇ ਕਿ ਅੱਜ 3 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਹੜੇ ਮੌਸਮ ਵਿੱਚ ਆਪਾਂ ਨੂੰ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ ਤੇ ਕਿਹੜੇ ਇਲਾਕੇ ਜਿਹੜੇ ਸਾਫ਼ ਬਣੇ ਰਹਿਣਗੇ ਇਹਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਹੁਣ ਜੇਕਰ ਆਪਾਂ ਗੱਲ ਕਰੀਏ ਅੱਜ ਦੁਪਹਿਰ ਤੱਕ ਦੇ ਮੌਸਮ ਦੀ ਤਾਪਾਂ ਨੂੰ ਆਉਣ ਵਾਲੇ ਕੁਝ ਘੰਟਿਆਂ ਤੱਕ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਇਲਾਕੇ ਨੇ ਇਹਨਾਂ ਵਿੱਚ ਚੰਗਾ ਦਰਮਿਆਨੇ ਪੱਧਰ ਦਾ ਮੀਂਹ ਆਉ ਦੇਖਣ ਨੂੰ ਮਿਲ ਸਕਦਾ ਆ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਜਿਵੇਂ ਫਾਜ਼ਿਲਕਾ ਗੁਰਦਾਸਪੁਰ ਬਰੋਜਪੁਰ ਤਰਨਤਾਰਨ ਅਮਰitsar ਇਹਨਾਂ ਜ਼ਿਲ੍ਹਿਆਂ ਵਿੱਚ ਆਪਾਂ ਜਿਹੜਾ ਮੀਂਹ ਹਲਕੇ ਤੋਂ ਦਰਮਿਆਨੇ ਪੱਧਰ ਦਾ ਤੇਜ਼ ਸਰਾਟੇ ਦਾ ਜਿਹੜਾ ਮੀਂਹ ਉਹ ਦੇਖਣ ਨੂੰ ਮਿਲ ਸਕਦਾ ਆ ਮੀਂਹ ਦੇ ਜਿਹੜੇ ਸਪੈਲ ਆ ਉਹ ਕਾਫੀ ਛੋਟੇ ਹੋਣਗੇ ਤੇਸ ਤੋਂ ਬਾਅਦ ਅੱਗੇ ਮੋਗਾ, ਜਲੰਧਰ, ਹੋ ਗਿਆ ਕਪੂਰਥਲਾ, ਫਰੀਦਕੋਟ, ਮੁਕਸਰ ਇਹਨਾਂ ਜ਼ਿਲ੍ਹਿਆਂ ਵਿੱਚ ਵੀ ਆਪਾਂ ਨੂੰ ਹਲਕਾ ਫੁਲਕਾ ਜਿਹੜਾ ਮੀਂਹ ਆਉਣ ਵਾਲੇ ਕੁਝ ਘੰਟਿਆਂ ਤੱਕ ਦੇਖਣ ਨੂੰ ਮਿਲ ਸਕਦਾ ਆ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਅਗਲੇ ਨਾਂ ਵਿੱਚ ਆਪਾਂ ਨੂੰ ਹਲਕੀ ਟੁੱਟਮੀ ਬੱਦਲਵਾਰੀ ਨਾਲ ਬੂੰਦਾਬੰਦੀ ਕੁਝ ਿਲਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੋਈ ਜ਼ਿਆਦਾ ਭਾਰੀ ਮੀਂਹ ਦੀ ਸੁਭਾਅ ਮਨਾਜ ਨਹੀਂ ਹੈਗੀ ਮੀਂਹ ਜਿਹੜਾ ਹਲਕਾ ਦਰਮਿਆਨਾ ਹੀ ਆਪਾਂ ਨੂੰ ਕੁਝ ਿਲਕਿਆਂ ਵਿੱਚ ਦੇਖਣ ਨੂੰ ਮਿਲੇਗਾ ਪਰ ਦੁਪਹਿਰ ਤੋਂ ਬਾਅਦ ਅੱਗੇ ਮੌਸਮ ਜਿਹੜਾ ਸਾਫ਼ ਹੋ ਜਾਵੇਗਾ ਤੇ ਚੰਗੀ ਸਾਫ ਆਪਾਂ ਨੂੰ ਜਿਹੜੀ ਧੋਪ ਆ ਉਹ ਦੇਖਣ ਨੂੰ ਮਿਲੇਗੀ ਅੱਜ ਗਰਮੀ ਤੇ ਹਮਸਾ ਦਾ ਜਿਹੜਾ ਮਹੌਲ ਆ ਫੇਰ ਬਣਿਆ ਰਹੇਗਾ ਤੇ ਇਸ ਤੋਂ ਇਲਾਵਾ ਜਿਹੜੀਆਂ ਹਵਾਵਾਂ ਨੇ ਉਹ ਅੱਜ ਕਿਸੇ ਖਾਸ ਦਿਸ਼ਾ ਤੋਂ ਨਹੀਂ ਚੱਲਣਗੀਆਂ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਦਿਸ਼ਾਵਾਂ ਤੋਂ ਹਵਾਵਾਂ ਨਹੀਂ ਛੜੀਆਂ ਉਹ ਚਲਦੀਆਂ ਰਹਿਣਗੀਆਂ ਬਾਕੀ ਜਿਵੇਂ ਹੀ ਮੌਸਮ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਆ ਤਾਂ ਉਹਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ